ਤੇ ਉੱਥੇ ਜਾ ਕੇ ਮੈਨੂੰ ਪਤਾ ਲੱਗਾ ਵੀ ਇੱਥੇ ਇਸ ਤੋਂ ਪਹਿਲਾਂ ਕੋਈ ਬੁੱਢਾ ਸਿਸਟਰ ਜਿਹੜੀ ਹੈਗੀ ਹੈ ਤੇ ਹੰਗਰੀ ਪੁਆਇੰਟ ਤੇ ਕੋਈ ਸਮਾਨ ਲੈਣ ਆਏ ਸੀਗੇ ਜਿੱਥੇ ਸਤਿਆਨ ਬੱਗਾ ਨਾਂ ਦਾ ਬੰਦਾ ਸੀਗਾ ਜਿਹਦੇ ਨਾਲ ਪਿੱਛੇ ਜਾਣ ਚੱਲ ਨਾਂ ਸੀ ਉਹਨਾਂ ਦਾ ਉਹ ਆਏ ਸੀਗੇ ਉਹਨਾਂ ਦੇ ਆਪਸ ਵਿੱਚ ਕੋਈ ਪਿਕ ਲੈਣ ਤੋਂ ਇੱਕ ਦੂਜੇ ਨਾਲ ਫੋਟੋ ਖਿਚਾਉਣ ਤੋਂ ਸਾਡਾ ਫੋਟੋ ਖਿਚਾਓ ਪਰ ਬੁੱਢਾ ਸਿਸਟਰ ਕਹਿੰਦੀ ਸੀ ਮੈਂ ਤੁਹਾਡਾ ਫੋਟੋ ਜਿਹੜੀ ਨਹੀਂ ਖਿਚਾਉਣੀ ਆ ਤੇ ਉਹਦੇ ਤੇ ਆਪਸ ਵਿੱਚ ਇਹਨਾਂ ਦਾ ਆਪਸ ਵਿੱਚ ਝਗੜਾ ਇੱਥੇ ਹੋ ਗਿਆ ਤੇ ਉਹ ਸੱਜਣ ਬੱਗਾ ਕਹਿੰਦਾ ਸੀ ਕਿ ਨੂਰਾ ਸਿਸਟਰ ਦੇ ਨਾਲ ਉਹਦਾ ਜਿਹੜਾ ਹਸਬੈਂਡ ਸੀਗਾ ਉਸਮਾਨ ਉਹਨੇ ਮੇਰੀ ਕੁਰਬਾਨ ਮਾਰੀ ਹੱਕ ਤੇ ਉਸ ਤੋਂ ਬਾਅਦ ਉਹ ਫਿਰ ਮੌਕਾ ਤੋਂ ਭੱਜ ਗਿਆ ਸੀਗਾ ਸਾਨੂੰ ਤਾਂ ਇਸੇ ਮੌਕੇ 'ਤੇ ਨਹੀਂ ਕੋਈ ਮਿਲਿਆ ਅਸੀਂ ਅੱਜ ਸੀ ਸੀ ਟੀ ਵੀ ਕੈਮਰੇ ਉਹਨੂੰ ਚੈੱਕ ਕੀਤੇ ਆ ਜਿਹਦੇ 'ਚ ਇੱਕ ਬੰਦ ਕੁਰਬਾਨ ਲੈ ਕੇ ਲੈਣਾ ਨਜ਼ਰ ਆ ਰਿਹਾ ਇੱਕ ਬੰਦਾ ਉਹ ਆਈਡੈਂਟੀਫਾਈ ਕਰ ਰਹੇ ਹਾਂ ਦੂਜਾ ਸੱਜਣ ਬੱਗਾ ਰਾਤ ਉਹਨੂੰ ਫਿਰ ਮੈਂ ਰੋਡਿੰਗ ਦਾ ਬੰਦ ਕਰਕੇ ਗੱਡੀ ਦਾ ਪੁਲਿਸ ਪਾ ਕੇ ਇਲਾਜ ਵਾਜ ਸੀ ਉਹਦਾ ਹੱਥਾਂ ਨੂੰ ਲੱਗ ਪਾਇਆ ਸੀਗਾ ਜਿਹੜਾ ਉੱਥੋਂ ਮਤਲਬ ਪੱਟੀ ਕਰਾ ਕੇ ਘਰ ਵਾਪਸ ਜਾ ਚੁੱਕਾ ਜਦ ਸਾਨੂੰ ਐਮ ਐਲ ਆਰ ਜਾਂ ਕੋਈ ਸ਼ਿਕਾਇਤ ਮਿਲੀ ਸਾਨੂੰ ਸੁਣਾਈ ਹੋਈ ਪੁਲਿਸ ਜਾ ਰਹੀ ਅਸੀਂ ਫਿਰ ਵੀ ਸਰ ਕੰਪਲੇਂਟ ਆ ਗਈ ਜਿਹਨਾਂ ਨੇ ਜਿਹਨਾਂ ਦੇ ਤਲਵਾਰ ਵੱਜੀ ਨੇ ਉਹਨਾਂ ਵੱਲੋਂ ਦੀ ਕੰਪਲੇਂਟ ਨਹੀਂ ਦੇ ਆਈ ਉਹ ਐਮ ਐਲ ਆਰ ਕਟਾ ਕੇ ਰਾਤ ਫਿਰ ਡਾਕਟਰੋਂ ਕਰੇ ਜਿਹੜਾ ਘੁਟਾਲਾ ਸੀ ਭਰੇ ਤੇ ਨਹੀਂ ਆਇਆ ਸੀ ਉਹਨੇ ਸਾਨੂੰ ਅੱਜ ਤੱਕ ਪਹੁੰਚਦੀ ਸਰ ਜਿਸ ਤਰ੍ਹਾਂ ਤਲਵਾਰਾਂ ਲਹਿਰਾਈਆਂ ਗਈਆਂ ਕੀ ਕਾਰਵਾਈ ਕੀਤੀ ਜਾਵੇ ਇਹ ਬਹੁਤ ਮਾੜੀ ਗੱਲ ਆ ਅਸੀਂ ਉਹੀ ਤਫਤੀਸ਼ ਕਰ ਰਹੇ ਹਾਂ ਵੀ ਉਹ ਕਿਹੜਾ ਬੰਦਾ ਸੀ ਜਿਹੜਾ ਤਲਵਾਰ ਲੈ ਕੇ ਘੁੰਮ ਰਿਹਾ ਸੀਗਾ ਸੀਸੀਟੀਵੀ ਦੇ ਵਿੱਚ ਸ਼ਰੇਆਮ ਤੁਸੀਂ ਦੇਖ ਸਕਦੇ ਜਿਹੜੀਆਂ ਤਲਵਾਰਾਂ ਵੀ ਲਹਿਰਾਈਆਂ ਗਈਆਂ ਲਹਿਰਾਈ ਗਈ ਆ ਇਹ ਮਾੜੀ ਗੱਲ ਆ ਅਸੀਂ ਕੋਈ ਵੀ ਅਸੀਂ ਜਿਹੜੀ ਜੋ ਫੁੱਲ ਮਿੰਟ ਦੀ ਪਰਮੀ ਕਰ ਲਈ ਉਹ ਆ ਗਏ ਰਹਿਣ ਦੇ ਉਹ ਐਕਟੀਵਾ ਵੀ ਗਈ ਆ ਉਹਦੀ ਐਕਟੀਵਾ ਡਿੱਗੀ ਆਪਣੀ ਡਿੱਗੀ ਇੱਥੇ ਆ ਕੇ ਉਹ ਤੁਹਾਡੇ ਪਿੱਛੇ ਲਈ ਉਹ ਬਈ ਮਾੜਾ ਜਿਹਾ ਨਹੀਂ ਚੱਲ ਲੈਂਦੇ ਉਹ ਕੁੜੀ ਡਿੱਗ ਗਈ ਗੱਡੀਆਂ ਰੋਕ ਰਹੀਆਂ ਨਾ ਰੋਕਣ ਨਹੀਂ ਚਾਹੀਦਾ।